ਸਤਿ ਸ਼੍ਰੀ ਅਕਾਲ ਜੀ, ਭੈਣ ਦਾ ਕਮੈਂਟ ਆਇਆ ਸੀਗਾ ਕਿ ਲਾਈਨਿੰਗ ਵਾਲੇ ਸੂਟ ਦੇ ਵਿੱਚ ਕਿੰਨਾ ਲੰਬਾਈ 'ਚ ਵੱਧ ਰੱਖਣਾ ਹੈ ਅਤੇ ਕਿੰਨਾ ਆਪਾਂ ਘੇਰੇ ਦੇ ਵਿੱਚ ਵੱਧ ਰੱਖਣਾ ਹੈ। ਚਲੋ ਜੀ, ਤੁਹਾਨੂੰ ਦੱਸਦੇ ਹਾਂ। ਇਹ ਸੂਟ ਜੋ ਮੈਂ ਕਟਿੰਗ ਕਰ ਲਿਆ ਹੈ, ਇਹਨਾਂ ਦਾ ਦੇਖੋ ਜੀ 25 ਇੰਚ ਘੇਰਾ ਹੈ। ਇੱਧਰੋਂ ਦੱਸਦੇ ਹਾਂ ਤੁਹਾਨੂੰ, 25 ਇੰਚ ਇਹਨਾਂ ਦਾ ਘੇਰਾ ਇੱਥੇ ਤੱਕ। ਤਾਂ ਇਹਦੇ ਵਿੱਚ ਮੈਂ 4 ਇੰਚ ਐਕਸਟਰਾ ਰੱਖੇ, ਚੌੜਾਈ ਦੇ ਵਿੱਚ ਆਪਾਂ 4 ਇੰਚ ਐਕਸਟਰਾ ਰੱਖਣਾ ਹੈ। ਅਤੇ ਲੰਬਾਈ ਜੋ ਹੁੰਦੀ ਹੈ ਜੀ, ਜੋ ਜਿਨ੍ਹਾਂ ਦੇ ਪੱਲਿਆਂ ਦੇ ਉੱਤੇ ਵਰਕ ਹੋਇਆ ਹੁੰਦਾ ਹੈ, ਉਹਨਾਂ ਦੇ ਉੱਪਰ ਆਪਾਂ 1 ਇੰਚ ਐਕਸਟਰਾ ਲੈ ਕੇ ਚੱਲਣਾ ਹੁੰਦਾ ਕਿ ਆਪਾਂ ਇੱਥੋਂ ਲੰਬਾਈ ਮਿਣਨੀ ਹੁੰਦੀ ਹੈ ਸੂਟ ਦੀ। ਦੇਖੋ, ਇੱਥੋਂ ਆਪਾਂ ਲੰਬਾਈ ਮਿਣਨੀ ਹੈ ਜੀ। ਆਹ ਦੇਖੋ, ਆ ਇੱਥੇ ਇੰਚੀ ਟੇਪ ਰੱਖਣਾ ਜਿੱਥੋਂ ਵਰਕ ਸਟਾਰਟ ਹੋਇਆ ਹੈ। ਇਹ ਤੋਂ ਬਾਅਦ ਉੱਪਰ ਦੇਖੋ, ਜਿਵੇਂ ਕਿ ਉਹਨਾਂ ਦੀ 39 ਇੰਚ ਲੰਬਾਈ ਆ, ਆਪਾਂ 40 ਇੰਚ ਦੇ ਉੱਪਰ ਮਾਰਕ ਕਰਕੇ ਕਟਿੰਗ ਕਰ ਦਾਂਗੇ। 1 ਇੰਚ ਆਪਾਂ ਇਹ 'ਚ ਮਤਲਬ ਕਿ ਐਕਸਟਰਾ ਰੱਖਣਾ ਹੈ। ਪਿਛਲੇ ਪੱਲੇ ਦੇ ਵਿੱਚ ਆਪਾਂ 4 ਇੰਚ ਐਕਸਟਰਾ ਰੱਖਣਾ ਹੈ। ਜਿਵੇਂ ਕਿ 39 ਇੰਚ ਆਪਣੀ ਸ਼ਰਟ ਦੀ ਲੰਬਾਈ ਆ, ਤਾਂ ਆਪਾਂ ਉਹ ਤੋਂ 4 ਇੰਚ ਐਕਸਟਰਾ ਤਰਪਾਈ ਲਈ ਨੀਚੇ ਰੱਖਾਂਗੇ। ਚਲੋ ਹੁਣ ਤੁਹਾਨੂੰ ਇਸ ਦੀਆਂ ਕਾਟਾਂ ਦੱਸਦੇ ਹਾਂ ਜੀ। ਸੂਟ ਆਪਾਂ ਕਟਿੰਗ ਲਈ ਦੇਖੋ ਤੈਅ ਮਾਰ ਕੇ ਵਿਛਾ ਲਿਆ ਅਤੇ ਇਹਦੇ 'ਤੇ ਪ੍ਰੈੱਸ ਫੇਰ ਲਈ ਆ। ਆਹ ਦੇਖੋ, ਬੈਕ ਪੱਲਾ ਮੈਂ 3 ਇੰਚ ਐਕਸਟਰਾ ਰੱਖ ਲਿਆ, ਪਰ ਜੋ ਹੁਣ ਫਰੰਟ ਦੀ ਆਪਾਂ ਕਟਿੰਗ ਕਰਨੀ, ਆਪਾਂ ਵਰਕ ਤੋਂ ਸੂਟ ਲੈਣਾ। 39 ਇੰਚ ਉਹਨਾਂ ਦਾ ਸੂਟ ਤਿਆਰ ਆ, ਤਾਂ ਆਪਾਂ ਆਹ ਵਾਲੇ ਨਿਸ਼ਾਨ ਤੋਂ ਦੇਖੋ ਮਿਣਾਂਗੇ। ਇੱਥੇ ਇੰਚੀ ਟੇਪ ਰੱਖ ਕੇ ਇੱਥੇ ਤੱਕ ਆਪਾਂ ਦੇਖੋ 40 ਇੰਚ ਦੇ ਉੱਪਰ ਮਾਰਕ ਕਰਾਂਗੇ। ਅੱਧਾ ਇੰਚ ਜੋ ਆਪਣਾ ਤੀਰੇ 'ਚ ਆ ਜਾਊਗਾ ਅਤੇ ਅੱਧਾ ਇੰਚ ਪਲੇਟਾਂ 'ਚ ਲਿਆ ਜਾਊਗਾ। 40 ਇੰਚ ਦੇ ਉੱਪਰ ਮਾਰਕ ਕਰਕੇ ਆਪਾਂ ਹੁਣ ਕਟਿੰਗ ਸ਼ੁਰੂ ਕਰਦੇ ਹਾਂ। ਹਾਂਜੀ, ਹੁਣ ਸਭ ਤੋਂ ਪਹਿਲਾਂ ਆਪਾਂ ਲੈਣਾ ਤੀਰਾ। ਤੀਰਾ ਉਹਨਾਂ ਦਾ 6.5 ਇੰਚ ਆ ਜੀ। ਮੋਢਾ ਆਪਾਂ 7.5 ਇੰਚ ਲੈ ਕੇ ਦੇਖ ਲੈਂਦੇ ਹਾਂ। ਉਹ ਤੋਂ ਬਾਅਦ ਦੇਖਦੇ ਹਾਂ ਜੋ ਉਹਨਾਂ ਦਾ ਮੋਢਾ ਹੈ, 9 ਇੰਚ ਮੋਢਾ ਇੱਧਰ ਨੂੰ ਰੈਡੀ ਆ, 10 ਇੰਚ ਦੀ ਸਲੀਵ ਦੀ ਚੌੜਾਈ ਹੋਊਗੀ। ਉਹਨਾਂ ਦੀ ਚੈਸਟ ਹੈਗੀ ਹੈ 2.5 ਇੰਚ। ਹੁਣ ਆਪਾਂ ਇੱਥੋਂ ਇੰਚੀ ਟੇਪ ਰੱਖ ਕੇ ਮੋਢਾ ਨਾਪਣਾ ਹੈ ਜੀ। ਮੋਢਾ ਦੇਖੋ 9 ਇੰਚ ਆਪਣਾ ਬਿਲਕੁਲ ਸਹੀ ਆ ਗਿਆ। 10 ਇੰਚ ਆਪਾਂ ਸਲੀਵ ਦੀ ਜੋ ਚੌੜਾਈ ਕਰਾਂਗੇ। ਉਹ ਤੋਂ ਬਾਅਦ ਇੰਚੀ ਟੇਪ ਰੱਖ ਕੇ ਆਹ ਵਾਲੇ ਨਿਸ਼ਾਨ ਤੱਕ ਫੋਲਡ ਕਰ ਲਾਂਗੇ। ਜਿੰਨਾ ਵੀ ਆਹ ਵਾਲਾ ਕੱਪੜਾ ਬਚਿਆ ਹੈ, 2.25 ਇੰਚ 2.25 ਇੰਚ ਦਾ ਹੀ ਮਾਰਕ ਆਪਾਂ ਇੱਧਰ ਨੂੰ ਕਰ ਲਾਂਗੇ। ਆਹ ਵਾਲੀ ਆ ਜੋ ਆਪਣੀ ਫਰੰਟ ਕੱਟ ਪੈ ਜੂਗੀ, ਆਹ ਵਾਲੇ ਨਿਸ਼ਾਨ ਦੇ ਉੱਤੇ ਆਪਾਂ ਇੰਚੀ ਟੇਪ ਰੱਖਾਂਗੇ। ਹਾਂਜੀ, ਮੈਂ ਸਿੱਧੇ ਹੀ ਸੂਟ ਦੇ ਉੱਤੇ ਮਾਰਕ ਕਰ ਰਹੀ ਹਾਂ, ਕਿਉਂਕਿ ਮੈਂ ਪਲੇਟਸ ਨੇ ਜੋ ਸਿੱਧੇ ਪਾਸਿਓਂ ਤੋਂ ਹੀ ਪਾਉਂਦੀ ਹਾਂ। ਜੋ ਆਪਾਂ ਪਹਿਲਾਂ ਪਲੇਟਸ ਲਈ ਕੱਚਾ ਕਰਾਂਗੇ, ਮੈਂ ਸਿੱਧੇ ਪਾਸਿਓਂ ਤੋਂ ਨਿਸ਼ਾਨ ਲਗਾਉਂਦੀ ਹਾਂ, ਫਿਰ ਆਪਾਂ ਪਲੇਟ ਆ ਜੋ ਲਾਈਨਿੰਗ ਦੇ ਉੱਪਰ ਦੂਜੇ ਪਾਸੇ ਪਾਵਾਂਗੇ। ਇਸ ਕਰਕੇ ਜੋ ਤੁਸੀਂ ਇਹ ਮਾਰਕ ਕਰਨੇ ਨੇ ਬਹੁਤ ਲਾਈਟ ਕਰਨੇ ਨੇ, ਲਾਈਟ ਮਾਰਕ ਲੈ ਕੇ, ਜਿਵੇਂ ਆਪਾਂ ਦੇਖ ਲੈਣਾ ਕਿ ਆਪਣੇ ਕੱਪੜੇ ਤੋਂ ਦੇਖੋ ਇਹ ਵਾਲੇ ਮਾਰਕ ਮਿਟ ਜਾਣ, ਨਹੀਂ ਤਾਂ ਫਿਰ ਇਹ ਸਿੱਧੇ ਪਾਸੇ ਨਹੀਂ, ਤੁਸੀਂ ਪੁੱਠੇ ਪਾਸੇ ਸ਼ਰਟ ਦੇ ਤੁਸੀਂ ਮਾਰਕਿੰਗ ਕਰਿਆ ਕਰੋ। ਪਲੇਟਸ ਜੋ ਉਹਨਾਂ ਦੀਆਂ ਹੈਗੀਆਂ ਨੇ 11.5 12.5 ਦੇ ਉੱਪਰ ਨੇ। 11.5 ਦੇ ਉੱਪਰ ਉਹਨਾਂ ਦੀ ਪਲੇਟ ਰੈਡੀ ਆ, 12.5 'ਤੇ ਆਪਾਂ ਉਹਨਾਂ ਦੀ ਪਲੇਟ ਲਵਾਂਗੇ, 6.5 ਇੰਚ ਜੋ ਆਪਾਂ ਡਾਊਨ ਪਲੇਟ ਲਵਾਂਗੇ, 3.5 ਇੰਚ ਦਾ ਵਿਚਕਾਰ ਵਾਲਾ ਗੈਪ ਹੋਊਗਾ ਜੀ। ਸਵਾ 2 ਇੰਚ ਸਾਈਡ ਵਾਲੀ ਪਲੇਟ ਆ। ਤਿੰਨ ਇੰਚ ਆ ਵਾਲੀ ਪਲੇਟ ਆ। ਇਹ ਆਪਾਂ ਦੇਖ ਲੈਣਾ ਹੈ ਜੀ ਵੀ ਇਹ ਇਸ ਨਿਸ਼ਾਨ ਤੋਂ ਲਗਾਉਣੀ ਆ, ਜਾਂ ਫਿਰ ਆਪਾਂ ਇੰਨੀ ਕੁ ਵੀ ਇਹ ਵਾਲੀ ਪਲੇਟ ਪਾ ਸਕਦੇ ਹਾਂ ਕਿ ਆਪਣਾ ਜੋ ਵਰਕ ਆ ਉਹ ਨਾ ਖਰਾਬ ਹੋਵੇ। ਕਮਰ ਲਾਈਨ ਹੈਗੀ ਆ ਉਹਨਾਂ ਦੀ 14 ਇੰਚ 'ਤੇ ਯਾਰ, ਆਪਾਂ 14.5 'ਤੇ ਮਾਰਕ ਕਰਾਂਗੇ। ਹਿੱਪ ਹੈਗੀ ਆ ਜੀ ਉਹਨਾਂ ਦੀ 24.5 12.5 'ਤੇ ਮਾਰਕ ਕਰ ਲਾਂਗੇ। ਅਤੇ ਜੋ ਐਕਸਟਰਾ ਕੱਪੜਾ ਹੈ ਦੇਖੋ, ਵਰਕ ਕਰਕੇ ਆਪਣਾ ਇੱਧਰਲੇ ਪਾਸੇ ਹੋ ਗਿਆ, ਉਹ ਸਾਰਾ ਹੀ ਆਪਾਂ ਕੱਪੜਾ ਐਕਸਟਰਾ ਕਟਿੰਗ ਕਰ ਦਾਂਗੇ। ਚਲੋ ਜੀ, ਹੁਣ ਆਪਾਂ ਇਸਦੀ ਕਟਿੰਗ ਕਰਦੇ ਹਾਂ। ਬੈਕ ਨੈਕ ਜੀ 2.25 ਇੰਚ ਆ, ਡੀਪ ਹੈਗਾ 7 ਇੰਚ, 2.5 ਇੰਚ ਆਪਾਂ ਨੀਚੇ ਤੋਂ ਲਵਾਂਗੇ, 1/2 ਇੰਚ ਦਾ ਵਾਲਾ ਮਾਰਕ ਕਰਕੇ ਇਹਨੂੰ ਸ਼ੇਪ ਦੇ ਦਾਂਗੇ ਗੋਲਾਈ ਦੀ।
हाँ जी शर्ट की कटिंग अपनी कंप्लीट हो गई आ। जेकर वीडियो पसंद आई हो तो लाइक शेयर कमेंट करके जरूर दस्यो, तो मेरे चैनल सब्सक्राइब जरूर कर लियो। थैंक यू।